ਜਰਮਨੀ ਦੇ ਵਿੱਚ ਜੇ ਆਪਾਂ ਵੀਜ਼ਾ ਅਪਲਾਈ ਕਰਨੇ ਆ, ਜਿਵੇਂ ਨੀਦਰਲਾਸੁਸਲੋਬਨਿਸ ਹੋ ਗਿਆ, ਖੁੱਲਾ ਵੀਜ਼ਾ ਜਿਹਨੂੰ ਆਪਾਂ ਕਹਿ ਦਿੰਦੇ ਆ, ਈਵਨ ਨੈਸ਼ਨਲਟੀ ਅਪਲਾਈ ਕਰਨੇ ਆ, ਜੇ ਆਪਾਂ ਪੇਪਰ ਕੁਛ ਇਸ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਾਡੇ ਪੇਪਰ ਜਿਹੜਾ ਆ 100% ਜਿਹੜਾ ਐਕਸੈਪਟ ਹੋਣ ਦੇ ਚਾਂਸ ਹੁੰਦੇ ਆ। ਠੀਕ ਹੈ ਜੀ, ਜਿਵੇਂ ਕਿ ਹੁਣ ਇੱਕ ਭੈਣ ਨੇ ਖੁੱਲਾ ਵੀਜ਼ਾ ਅਪਲਾਈ ਕੀਤਾ ਹੈ ਨੀਦਰਲਾਸੁਸਲੋਬਨਿਸ, ਤੇ ਉਹਨਾਂ ਨੇ ਕਿਹਾ ਸੀ ਕਿ ਭਾਜੀ ਸਾਡੀ ਫਾਈਲ ਬਣਾ ਦਿਓ ਤੇ ਮੈਂ ਟਾਈਮ ਕੱਢ ਕੇ ਤੇ ਸਾਰੇ ਪੇਪਰ ਤਿਆਰ ਕੀਤੇ ਉਹਨਾਂ ਦੇ। ਠੀਕ ਹੈ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਮੰਗਿਆ ਹੋਇਆ ਭੈਣਾਂ ਕੋਲੋਂ ਗੁਲਟੀਗਨ ਨੈਸ਼ਨਲ ਪਾਸ, ਯਾਨੀ ਕਿ ਉਹਨਾਂ ਦੇ ਪਾਸਪੋਰਟ ਦੀ ਕਾਪੀ ਮੰਗੀ ਹੋਈ ਆ, ਤੇ ਆਪਾਂ ਇੱਥੇ ਲਿਖਿਆ ਆ ਮਾਈ ਨੇ ਗੁਲਟੀਗਨ ਨੈਸ਼ਨਲ ਪਾਸ ਇਨ ਕਾਪੀ, ਹੈ ਨਾ, ਤੇ ਆਪਾਂ ਨਾਲ ਭੈਣਾਂ ਦੀ ਕਾਪੀ ਥੱਲੇ ਲਾਤੀ ਆ, ਦੇਖੋ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਉਹਨਾਂ ਨੇ ਬਾਅਦ 'ਚ ਮੰਗਿਆ ਦੂਜੇ ਨੰਬਰ 'ਤੇ ਬਾਈਲੀਗਨ ਦੇ ਅੰਤਰਾਗ ਔਸਕਿਫਿਲ ਉਨਤਾ ਸ਼ਰੀਬ, ਕਿ ਜਿਹੜਾ ਅੰਤਰਾਗ ਆ ਐਪਲੀਕੇਸ਼ਨ ਆ ਜਿਹੜੀ ਉਹਨਾਂ ਨੇ ਨਾਲ ਭੇਜੀ ਆ ਉਹਨੂੰ ਭਰ ਕੇ ਤੇ ਪਿੱਛੇ ਸਾਈਨ ਕਰ ਦਿਓ। ਠੀਕ ਹੈ ਜੀ, ਉਹ ਆਪਾਂ ਕੀਤਾ ਆ ਤੇ ਨਾਲ ਉੱਤੇ ਆਪਾਂ ਹੈਡਲਾਈਨ ਵੀ ਲਿਖਤੀ ਕਿ ਆਹ ਵਾਲਾ ਪੇਪਰ ਆਇਆ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਉਹਨਾਂ ਨੇ ਵਿੱਚ ਮੰਗਿਆ ਸੀਗਾ ਕ੍ਰਾਂਕਨ ਫਜ਼ੀਸ਼ਰੂਮ ਦਾ ਨਾਖਵਾਇਸ, ਤੇ ਇਹਨਾਂ ਕੋਲ ਜਿਹੜਾ 12ਵਾਂ ਦਾ ਕਾਰਡ ਆ ਉਹਦੀ ਕਾਪੀ ਨਾਲ ਲਾਤੀ ਆਪਾਂ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਮੀਤ ਫਿਤਰਾ ਆ ਗਿਆ, ਉਹਦੀ ਥੱਲੇ ਕਾਪੀ ਆ। ਠੀਕ ਹੈ ਜੀ, ਜਿੱਥੇ ਉਹ ਰਹਿੰਦੇ ਆ ਲੋਨ ਆਪਰੇਸ਼ਨੂੰਗਨ ਉਹਨਾਂ ਦੀਆਂ ਆਪਣੀਆਂ, ਸਭ ਤੋਂ ਪਹਿਲਾਂ ਮਾਇਨ ਲੈਟਸਨ ਲੋਨ ਆਪਰੇਸ਼ਨੂੰਗਨ ਮਾਇਨ ਆਵਾਇਸ ਕੇ ਬਾਬ ਸ਼ਾਇਨਿੰਗ। ਠੀਕ ਹੈ ਜੀ, ਉਸ ਤੋਂ ਬਾਅਦ ਮੀਤ ਫਿਤਰਾਗ ਇਨ ਕਾਪੀ, ਸਾਰਾ ਮੀਤ ਫਿਤਰਾਗ ਦੀ ਕਾਪੀ ਕੀਤੀ ਹੋਈ ਆ। ਫੈਮੀਤਾ ਬਸ਼ਾਇਨਿੰਗ ਭਰਵਾਲਿਆ ਸੀ ਉਹਨਾਂ ਨੇ, ਮੈਂ ਕਿਹਾ ਸੀ ਉਹਨਾਂ ਨੂੰ। ਠੀਕ ਹੈ ਜੀ, ਕੋਂਟੋਸੁਗ ਇਬਾਦੀ ਗਿਸਾਲ ਤੇ ਮੀਤ, ਇਹਦੇ ਪਿੱਛੇ ਕੋਂਟੋਸੁਗ ਨੇ, ਠੀਕ ਹੈ ਜੀ, ਉਹਨਾਂ ਨੇ ਟਾਈਮ ਨਾਲ ਮੀਤ ਤਾਰੇ ਹੋਏ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਉਹਨਾਂ ਦੇ ਹਸਬੈਂਡ ਦੇ ਆਵਾਇਸ ਫਿਤਰਾਗ ਆ ਜੋ ਮੰਗਿਆ ਇਹਦੇ ਵਿੱਚ। ਠੀਕ ਹੈ ਜੀ, ਚੈੱਕ ਲਿਸਟ ਦੇ ਹਿਸਾਬ ਨਾਲ, ਤੇ ਹਸਬੈਂਡ ਦੇ ਲੈਟਸਨ ਤਰਾਏ ਲੋਨ ਆਪਰੇਸ਼ਨੂੰਗਨ ਨੇ। ਠੀਕ ਹੈ ਜੀ, ਸੋ ਇਸ ਤਰ੍ਹਾਂ ਸਾਰੇ ਪੇਪਰ ਤਿਆਰ ਨੇ, ਤੇ ਆਪਾਂ ਇਹਨਾਂ ਨੂੰ ਨੰਬਰ ਵਾਈਜ਼ ਜਿੱਦਾਂ ਜਿੱਦਾਂ ਮੰਗਿਆ ਉਦਾਂ ਹੀ ਆਪਾਂ ਇੱਥੇ ਲਾ ਦਿੰਦੇ ਹਾਂ। ਠੀਕ ਹੈ ਜੀ, ਕਾਪੀ ਨੈਸ਼ਨਲ ਪਾਸ ਦੀ ਆ ਗਈ, ਉਸ ਤੋਂ ਥੱਲੇ ਉਹਨਾਂ ਨੇ ਮੰਗਿਆ ਸੀ ਅੰਤਰਾਗ ਕ੍ਰਾਂਕਨ ਫਿਸ਼ਰੂਮ ਸਕਾਰਟ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਸਾਰੇ ਪੇਪਰ ਆਪਾਂ ਜਿਵੇਂ ਉਹਨਾਂ ਨੇ ਨੰਬਰ ਵਾਈਜ਼ ਮੰਗੇ ਨੇ ਉਸੇ ਤਰ੍ਹਾਂ ਹੀ ਆਪਾਂ ਇੱਥੇ ਪਿੱਛੇ ਲਾ ਦੇਣੇ ਆ। ਠੀਕ ਹੈ ਜੀ, ਇਕੱਠੇ ਕਰ ਲੈਣੇ ਆ, ਤੇ ਉਸ ਤੋਂ ਬਾਅਦ 'ਚ ਆਪਾਂ ਸਾਰੇ ਪੇਪਰ ਇਕੱਠੇ ਕਰਕੇ ਤੇ ਇੱਕ ਐਨਵਲੋਪ 'ਚ ਪਾ ਲੈਂਦੇ ਹਾਂ, ਤੇ ਜੇ ਤਾਂ ਤੁਹਾਡਾ ਬਿਹੇਵੀਅਰ ਦੇ ਲਾਗੇ ਪੈਂਦਾ ਤੁਹਾਨੂੰ, ਠੀਕ ਆ ਜੀ, ਕੋਸ਼ਿਸ਼ ਕਰੋ ਕਿ ਆਪ ਹੀ ਜਾ ਕੇ ਉੱਥੇ ਜਮ੍ਹਾਂ ਕਰਾ ਕੇ ਆਓ। ਠੀਕ ਆ ਜੀ, ਉਹ ਸਟੈਂਪ ਲਾ ਦਿੰਦੇ ਕਿ ਤੁਹਾਡੇ ਪੇਪਰ ਪਹੁੰਚ ਗਿਆ, ਅਤੇ ਪ੍ਰੋਸੈਸ ਜਿਹੜੀ ਆ ਜਲਦੀ ਸਟਾਰਟ ਹੋ ਜਾਂਦੀ ਆ, ਅਦਰਵਾਈਜ਼ ਤੁਸੀਂ ਬਾਏ ਪੋਸਟ ਵੀ ਭੇਜ ਸਕਦੇ ਹੋ। ਠੀਕ ਆ ਜੀ, ਇਸ ਤਰ੍ਹਾਂ ਤੁਸੀਂ ਐਨਵਲੋਪ ਪਾ ਲੈਣੇ ਆ ਸਾਰੇ ਪੇਪਰ। ਠੀਕ ਆ ਜੀ, ਪਾ ਕੇ ਅਤੇ ਇੱਥੇ ਜਿਹੜਾ ਤੁਹਾਡਾ ਸਾਫਬਾਰਬਾਈਟਰ ਹੈਗਾ ਆ ਉਹਦਾ ਤੁਸੀਂ ਇੱਥੇ ਨਾਂ ਲਿਖ ਸਕਦੇ ਹੋ। ਠੀਕ ਹੈ ਜੀ, ਸੁਹਾਂਡਨ ਜੇ ਫਰਾਓ ਆ ਤਾਂ ਉਹਦਾ ਨਾਂ, ਜੇ ਮਾਨ ਆ ਕੋਈ, ਹੈ ਨਾ, ਹੈ ਆ ਉਹਦਾ ਨਾਂ ਲਿਖ ਦੇਣਾ ਆ। ਠੀਕ ਹੈ ਜੀ, ਅਤੇ ਜੇ ਤੁਸੀਂ ਆਪ ਜਾ ਸਕਦੇ ਹੋ ਉੱਥੇ ਤਾਂ ਸਭ ਤੋਂ ਵਧੀਆ ਆ, ਤੁਸੀਂ ਆਪ ਜਾਓ ਉੱਥੇ ਪੇਪਰ ਉਹ ਸਟੈਂਪ ਲਾ ਦੇਣਗੇ ਤੁਹਾਡੇ ਕੋਲ ਪੇਪਰ ਲੈ ਕੇ। ਠੀਕ ਹੈ, ਸਭ ਤੋਂ ਵਧੀਆ ਆ, ਅਦਰਵਾਈਜ਼ ਤੁਸੀਂ ਬਾਏ ਪੋਸਟ ਵੀ ਭੇਜ ਸਕਦੇ ਹੋ, ਅਤੇ ਫਿਰ ਤੁਹਾਨੂੰ ਸਾਰਾ ਭੇਜਦੇ ਦਾ ਜਿਹੜਾ ਐਡਰੈਸ ਇੱਥੇ ਲਿਖਣਾ ਪਏਗਾ। ਠੀਕ ਹੈ ਜੀ, ਸੋ ਇਸ ਤਰ੍ਹਾਂ ਜੇ ਤੁਸੀਂ ਪੇਪਰ ਜਮ੍ਹਾਂ ਕਰਾਓਗੇ ਤਾਂ ਤੁਹਾਡੇ ਪੇਪਰ ਜਿਹੜੇ ਨੇ ਐਕਸੈਪਟ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ। ਸਾਰਾ ਕੁਝ ਪ੍ਰੋਫੈਸ਼ਨਲੀ ਹੁੰਦਾ ਆ, ਇੱਦਾਂ ਹੀ ਵਕੀਲ ਕਰਦੇ ਆ। ਠੀਕ ਹੈ ਜੀ, ਮੈਂ ਹੁਣ ਤੱਕ ਬਹੁਤ ਸਾਰੇ ਭੈਣ ਭਰਾਵਾਂ ਦੇ, ਜਦੋਂ ਮੈਨੂੰ ਟਾਈਮ ਮਿਲਦਾ, ਜਿੰਨੇ ਕੁ ਜੋਗਾ ਮੈਂ ਹੈਗਾ ਆ ਕਰਦਾ ਆ, ਅਤੇ ਕਦੀ ਵੀ ਕੋਈ ਕੰਪਲੇਂਟ ਨਹੀਂ ਆਈ। ਸੋ ਮੈਂ ਸੋਚਿਆ ਇੱਕ ਵੀਡੀਓ ਬਣਾ ਕੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਦਿੰਦੇ ਹਾਂ, ਚਲੋ ਕਿਸੇ ਹੋਰ ਭੈਣ ਭਰਾ ਦਾ ਵੀ ਫਾਇਦਾ ਹੋ ਜਾਵੇ। ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਫੋਲੋ ਕਰਿਓ। ਜੇ ਕੋਈ ਗੁਸਤਾਖੀ ਹੋ ਜਾਂਦੀ ਹੈ, ਜਾਣੇ ਅਣਜਾਣੇ ਵੀ, ਤੁਹਾਡਾ ਲਵ ਸਿੰਘ ਐਮ ਦੋਵੇਂ ਹਾਂ, ਜੁੜ ਕੇ ਤੁਹਾਡੇ ਤੋਂ ਮਾਫੀ ਚਾਹੁੰਦਾ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ, ਅਤੇ ਜਿਉਂਦੇ ਵਸਦੇ ਰਹੋ।